ਰੇਲਵੇ ਟਰੈਕ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਪੁਲਿਸ ਨੇ ਕਾਬੂ ਕੀਤਾ। ਰੇਲਵੇ ਦੇ ਮੁਲਾਜ਼ਮਾਂ ਦੇ ਵੱਲੋਂ ਹੀ ਇਹ ਹਰਕਤ ਕੀਤੀ ਗਈ। ਵੱਡਾ ਹਾਦਸਾ ਵਾਪਰ ਸਕਦਾ ਸੀ, ਕਈ ਜਾਨਾਂ ਜਾ ਸਕਦੀਆਂ ਸੀ, ਪਰ ਪੁਲਿਸ ਨੇ ਸਖਤੀ ਨਾਲ ਕਾਰਵਾਈ ਕਰਦੇ ਹੋਇਆ ਰੇਲਵੇ ਦੇ ਹੀ 3 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ। ਖਬਰ ਸੂਰਤ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਰੇਲਵੇ ਦੇ ਹੀ ਮੁਲਾਜ਼ਮਾਂ ਦੇ ਵੱਲੋਂ ਰੇਲਵੇ ਦੇ ਟਰੈਕ 'ਤੇ ਫਿਸ਼ ਪਲੇਟਾਂ ਅਤੇ ਲੋਹੇ ਦੇ ਨੱਟ ਰੱਖੇ ਜਾਂਦੇ ਨੇ, ਟ੍ਰੇਨ ਨੂੰ ਪਲਟਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਤੇ ਇਹ ਸਾਰਾ ਪਲਾਨ ਬਣਾਉਣ ਤੋਂ ਬਾਅਦ ਉਹ ਖੁਦ ਹੀ ਪੁਲਿਸ ਨੂੰ ਸੂਚਿਤ ਕਰਦੇ ਨੇ ਕਿ ਕਿਸੇ ਅਨਸਰ ਦੇ ਵੱਲੋਂ, ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਰੇਲਵੇ ਟਰੈਕ 'ਤੇ ਫਿਸ਼ ਪਲੇਟਾਂ ਅਤੇ ਲੋਹੇ ਦੇ ਨੱਟ ਰੱਖੇ ਗਏ ਨੇ। ਹਾਲਾਂਕਿ ਪੁਲਿਸ ਨਾਲ ਹੀ ਕਹਿ ਸਕਦੇ ਹਾਂ ਕਾਰਵਾਈ ਦੇ ਵਿੱਚ ਜੁੜ ਜਾਂਦੀ ਹੈ ਅਤੇ ਜਦ ਪੁਲਿਸ ਸਖਤੀ ਨਾਲ ਕਾਰਵਾਈ ਕਰਦੀ ਹੈ ਤਾਂ ਫਿਰ ਸਾਹਮਣੇ ਆਉਂਦਾ ਹੈ ਕਿ ਇਹ 3 ਮੁਲਾਜ਼ਮਾਂ ਦੇ ਵੱਲੋਂ ਹੀ ਅਜਿਹੀ ਹਰਕਤ ਕੀਤੀ ਗਈ ਹੈ ਜਿਸ ਨਾਲ ਕਿ ਵੱਡਾ ਹਾਦਸਾ ਵਾਪਰ ਸਕਦਾ ਸੀ। ਟਰੈਕ ਤੋਂ ਜੋ ਟ੍ਰੇਨ ਹੈ ਉਹ ਹੇਠਾਂ ਪਲਟ ਸਕਦੀ ਸੀ, ਕਈ ਜਾਨਾਂ ਜਾ ਸਕਦੀਆਂ ਸੀ, ਕਹਿ ਸਕਦੇ ਹਾਂ ਕਿ ਵੱਡਾ ਨੁਕਸਾਨ ਹੋ ਸਕਦਾ ਸੀ, ਪਰ ਜੋ ਕਿ ਬਚ ਗਿਆ। ਪਰ ਜਿਸ ਹਿਸਾਬ ਦੇ ਨਾਲ ਇੱਕ ਕ੍ਰੈਡਿਟ ਕਹਿ ਸਕਦੇ ਹਾਂ ਲੈਣ ਦੇ ਲਈ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਹਰਕਤ ਕੀਤੀ ਜਾ ਸਕਦੀ ਹੈ, ਕਿਉਂਕਿ ਪਹਿਲਾਂ ਖੁਦ ਹੀ ਇਹਨਾਂ ਦੇ ਵੱਲੋਂ ਇਹ ਜਾਲ ਵਿਛਾਇਆ ਜਾਂਦਾ ਹੈ, ਉੱਥੇ ਫਿਸ਼ ਪਲੇਟਾਂ ਰੱਖੀਆਂ ਜਾਂਦੀਆਂ ਨੇ, ਲੋਹੇ ਦੇ ਨੱਟ ਰੱਖੇ ਜਾਂਦੇ ਨੇ ਟਰੈਕ ਦੇ ਉੱਤੇ ਅਤੇ ਫਿਰ ਖੁਦ ਹੀ ਜਾ ਕੇ ਇਹ ਪੁਲਿਸ ਨੂੰ ਸੂਚਿਤ ਕਰ ਦਿੰਦੇ ਨੇ। ਇਸ ਤੋਂ ਬਾਅਦ ਰੇਲਵੇ ਪੁਲਿਸ ਦੇ ਵੱਲੋਂ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਫਿਰ ਸਾਹਮਣੇ ਆਉਂਦਾ ਹੈ ਕਿ ਹਰਕਤ ਇਹਨਾਂ ਦੇ ਵੱਲੋਂ ਹੀ ਕੀਤੀ ਗਈ ਸੀ। ਹਾਲਾਂਕਿ ਹੋਰਾਂ ਸੂਬਿਆਂ ਤੋਂ ਵੀ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਸ਼ਰਾਰਤੀ ਅਨਸਰਾਂ ਦੇ ਵੱਲੋਂ ਟ੍ਰੇਨਾਂ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨਾਲ ਕਿ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਡਰਾਈਵਰ ਸੂਝਬੂਝ ਦੇ ਨਾਲ ਪਹਿਲਾਂ ਹੀ ਕਈ ਕਿਲੋਮੀਟਰ ਗੱਡੀ ਨੂੰ ਰੋਕ ਕੇ ਉਹਨਾਂ ਦੇ ਵੱਲੋਂ ਕਈ ਜਾਨਾਂ ਨੂੰ ਅੱਜ ਤੱਕ ਬਚਾਇਆ ਗਿਆ। ਪਰ ਤਾਜ਼ਾ ਮਾਮਲਾ ਸੂਰਤ ਤੋਂ ਸਾਹਮਣੇ ਆਇਆ ਜਿੱਥੇ ਕਿ ਰੇਲਵੇ ਦੇ ਹੀ ਕਰਮਚਾਰੀਆਂ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਅਤੇ ਰੇਲਵੇ ਪੁਲਿਸ ਨੇ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਇਹਨਾਂ 3 ਮੁਲਾਜ਼ਮਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜੋ ਬਣਦੀ ਕਾਰਵਾਈ ਹੈ ਉਹ ਹੁਣ ਸ਼ੁਰੂ ਕੀਤੀ ਜਾਵੇਗੀ ਅਤੇ ਉੱਥੇ ਹੀ ਲੋਹੇ ਦੀਆਂ ਜੋ ਫਿਸ਼ ਪਲੇਟਾਂ ਨੇ, ਜੋ ਨੱਟ ਨੇ, ਉਹ ਰੇਲਵੇ ਟਰੈਕ 'ਤੇ ਇਹਨਾਂ ਦੇ ਵੱਲੋਂ ਰੱਖੇ ਗਏ ਸੀ। ਹਾਲਾਂਕਿ ਤੇਜ਼ ਰਫ਼ਤਾਰ ਦੇ ਵਿੱਚ ਜਦੋਂ ਟ੍ਰੇਨ ਟਰੈਕ ਤੋਂ ਨਿਕਲਦੀ ਹੈ ਤਾਂ ਉਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਵਾਰੀਆਂ ਹੁੰਦੀਆਂ ਨੇ, ਵੱਡਾ ਹਾਦਸਾ ਵਾਪਰਨ ਦਾ ਡਰ ਰਹਿੰਦਾ ਅਤੇ ਇਹਨਾਂ ਮੁਲਾਜ਼ਮਾਂ ਨੇ ਇੱਕ ਸਾਜਿਸ਼ ਦੇ ਤਹਿਤ, ਇੱਕ ਕਹਿ ਸਕਦੇ ਹਾਂ ਸੋਚ ਦੇ ਤਹਿਤ ਫਿਲਹਾਲ ਕਹਿ ਸਕਦੇ ਹਾਂ ਕਿ ਟਰੈਕ ਦੇ ਉੱਤੇ ਅਜਿਹੀਆਂ ਚੀਜ਼ਾਂ ਨੂੰ ਰੱਖਿਆ ਜਿਸ ਨਾਲ ਕਿ ਟ੍ਰੇਨ ਪਲਟ ਸਕਦੀ ਸੀ। ਪਰ ਇਸ ਪਿੱਛੇ ਇਹਨਾਂ ਦੀ ਕੀ ਮਨਸ਼ਾ ਸੀ, ਕਿਹੜਾ ਕਾਰਨਾਂ ਕਰਕੇ ਇਹਨਾਂ ਨੇ ਅਜਿਹੀ ਹਰਕਤ ਕੀਤੀ, ਇਹ ਸਭ ਹਜੇ ਜਾਂਚ ਦਾ ਵਿਸ਼ਾ ਹੈ। ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਹਾਲਾਂਕਿ ਖੁਦ ਕਹਿ ਸਕਦੇ ਹਾਂ ਕਿ ਇੱਕ ਕ੍ਰੈਡਿਟ ਵੀ ਹੋ ਸਕਦਾ ਹੈ ਕਿ ਕਿਸ ਕਰਕੇ ਇਹਨਾਂ ਦੇ ਵੱਲੋਂ ਰੇਲਵੇ ਨੂੰ ਖੁਦ ਹੀ ਸੂਚਿਤ ਕੀਤਾ ਜਾਂਦਾ ਹੈ, ਖੁਦ ਹੀ ਚੀਜ਼ਾਂ ਉੱਥੇ ਰੱਖੀਆਂ ਜਾਂਦੀਆਂ ਨੇ, ਤਮਾਮ ਜੋ ਚੀਜ਼ਾਂ ਨੇ ਫਿਲਹਾਲ ਜਾਂਚ ਦਾ ਵਿਸ਼ਾ ਹੈ। ਪੁਲਿਸ ਨੇ ਰੇਲਵੇ ਦੇ ਹੀ 3 ਮੁਲਾਜ਼ਮਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਜੋ ਕਾਰਵਾਈ ਹੈ ਹੁਣ ਸ਼ੁਰੂ ਕੀਤੀ ਜਾਵੇਗੀ।